ਅੱਜ ਕੱਲ ਪੰਜਾਬ ਦੇ ਵਿੱਚ ਜਿਹੜੇ ਸੀਬੀਜੀ ਪਲਾਂਟ, ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਆ, ਉਹਨਾਂ ਦਾ ਲੋਕਲ ਪਿੰਡ ਵਾਲਿਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਵਾ। ਇਹਦੇ ਕੀ ਕਾਰਨ ਨੇ? ਇਸ ਮਸਲੇ ਤੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਲੁਧਿਆਣਾ ਤੋਂ ਜੁੜੇ ਨੇ ਡਰੱਗ ਸਾਇੰਟਿਸਟ ਬਲਵਿੰਦਰ ਸਿੰਘ ਔਲਖ। ਔਲਖ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਔਲਖ ਸਾਹਿਬ। ਜਿਹੜੇ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਹੇ ਆ ਸੀਬੀਜੀ ਪਲਾਂਟਸ ਦੇ ਖਿਲਾਫ, ਤੁਹਾਨੂੰ ਕੀ ਲੱਗਦਾ ਵਾ ਜੀ, ਇਹ ਵਿਰੋਧ ਕਿੰਨੇ ਕੁ ਵਾਜਬ ਨੇ? ਦੇਖੋ, ਵਿਰੋਧ ਵਾਕਿਆ ਹੀ ਵੱਡੇ ਲੈਵਲ ਤੇ ਹੋ ਰਹੇ ਨੇ, ਕਿਉਂਕਿ ਸਭ ਤੋਂ ਪਹਿਲੇ ਜਿਹੜਾ ਵਿਰੋਧ ਸ਼ੁਰੂ ਹੋਇਆ ਸੀਗਾ ਉਹ ਇੱਥੇ ਭੁੰਦੜੀ ਪਿੰਡ ਤੋਂ ਸ਼ੁਰੂ ਹੋਇਆ, ਤੇ ਅੱਛਾ, ਲੁਧਿਆਣੇ ਦੇ ਕੋਲ ਹੈ, ਲੁਧਿਆਣੇ ਦੇ ਕੋਲ ਹਾਂ ਹੈ, ਹਾਂ, ਤੇ ਦੂਜਾ ਉਸ ਤੋਂ ਬਾਅਦ ਅਖਾੜਾ ਪਿੰਡ ਦੇ ਵਿੱਚ ਮੋਰਚਾ ਲੱਗਿਆ, ਉਸ ਤੋਂ ਬਾਅਦ ਮੁਸਕਾਬਾਦ ਦੇ ਜੀ ਵਿੱਚ ਮੋਰਚਾ ਲੱਗਿਆ, ਫਿਰ ਘੁੰਗਰਾਲੀ ਰਾਜਪੂਤਾਂ। ਇਹਦੇ ਵਿੱਚ ਨੋਟ ਕਰਨ ਰਾਈਟ, ਵਾਲੀ ਗੱਲ ਇਹ ਹੈ ਕਿ ਘੁੰਗਰਾਲੀ ਰਾਜਪੂਤਾਂ 'ਚ ਜਿਹੜੀ ਫੈਕਟਰੀ ਹੈ ਨਾ, ਉਹ ਪਿਛਲੇ ਕਰੀਬ 1.5-2 ਸਾਲਾਂ ਤੋਂ ਕੰਮ ਕਰ ਰਹੀ ਹੈ, ਚੱਲ ਰਹੀ ਹੈ। ਅੱਛਾ, ਜਿਹੜੇ ਆ ਦੂਜੇ ਪਿੰਡਾਂ ਦੇ ਮੈਂ ਨਾਂ ਲਏ ਆ, ਉੱਥੇ ਫੈਕਟਰੀਆਂ ਅਜੇ ਲੱਗ ਰਹੀਆਂ ਨੇ ਤੇ ਓਕੇ, ਇੰਸਟਾਲ ਨਹੀਂ ਹੋਈਆਂ। ਤੇ ਇਹ ਹਾਂ, ਫਿਰ ਕੀ ਹੋਇਆ ਕਿ ਜਦੋਂ ਲੋਕਾਂ ਨੇ ਜਾ ਕੇ ਉਹ ਜਦੋਂ ਵਿਰੋਧ ਹੋਇਆ ਤੇ ਉਹ ਜਿਹੜੀ ਘੁੰਗਰਾਲੀ ਰਾਜਪੂਤਾਂ ਦੇ ਵਿੱਚ ਜੋ ਲੋਕਾਂ ਨੂੰ ਮੁਸੀਬਤਾਂ ਆਈਆਂ, ਉਹ ਇੱਕ ਤਰ੍ਹਾਂ ਦਾ ਮਾਡਲ ਹਾਂ ਬਣ ਹਾਂ ਗਈਆਂ ਲੋਕਾਂ ਵਾਸਤੇ ਕਿ ਅਗਰ ਅਸੀਂ ਆਪਣੇ ਪਿੰਡਾਂ 'ਚ ਫੈਕਟਰੀਆਂ ਲੱਗਣ ਦਿੱਤੀਆਂ ਤਾਂ ਸਾਨੂੰ ਉਹ ਹਾਂ ਹਾਂ ਸਮੱਸਿਆਵਾਂ ਆਉਣਗੀਆਂ ਜਿਹੜੀਆਂ ਉੱਥੇ ਆਲਰੇਡੀ ਆ ਰਹੀਆਂ ਨੇ। ਤੇ ਇਸ ਗੱਲ ਤੋਂ ਮੋਟੀਵੇਟ ਹੋ ਕੇ ਹੀ ਇਹ ਮੋਰਚੇ ਲੱਗੇ ਨੇ ਤੇ ਹੁਣ ਇਹ ਮੋਰਚੇ ਸਾਂਝੇ ਤੌਰ ਤੇ ਚਲਾਏ ਜਾ ਰਹੇ ਨੇ। ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਆ ਤੇ ਜਿਹਦੇ ਜੀ, ਕੋਆਰਡੀਨੇਟਰ ਨੇ ਸੁਖਦੇਵ ਸਿੰਘ ਜੀ, ਭੁੰਦੜੀ ਵਾਲੇ। ਅੱਛਾ, ਓਕੇ, ਤੇ ਬਾਕੀ ਜਿਹੜੇ ਵੀ ਦੂਜੇ ਪਿੰਡਾਂ ਦੇ ਮੋਰਚੇ ਨੇ ਜਿਵੇਂ ਮੁਸਕਾਬਾਦ ਵਾਲੇ ਜਾਂ ਰਾਜਪੂਤਾਂ ਘੁੰਗਰਾਲੀ ਵਾਲੇ ਜਾਂ ਅਖਾੜੇ ਵਾਲੇ, ਉਹ ਸਾਰਿਆਂ ਦੀਆਂ ਟੀਮਾਂ ਇਕੱਠੀਆਂ ਕੰਮ ਕਰ ਰਹੀਆਂ ਨੇ ਤੇ ਵਿਰੋਧ ਕਰ ਰਹੀਆਂ ਨੇ ਤੇ ਕਿਸਾਨ ਯੂਨੀਅਨਾਂ ਵੀ ਬੜੀ ਸਪੋਰਟ ਕਰ ਰਹੀਆਂ ਨੇ ਤੇ ਹੁਣ ਇੱਕ ਜਲੰਧਰ ਦੀ ਵੀ ਕਮੇਟੀ ਬਣ ਗਈ ਹੈ ਸਮਝੋ, ਤੇ ਇਹ ਲੁਧਿਆਣੇ ਔਰ ਜਲੰਧਰ ਦੀ ਕਮੇਟੀ ਮਿਲਾ ਕੇ ਔਰ ਜਦੋਂ ਹੋਰ ਵੀ ਜ਼ਿਲ੍ਹਿਆਂ 'ਚ ਫੈਲੇਗਾ ਤੇ ਸਟੇਟ ਲੈਵਲ ਦੀ ਵੀ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਇਹਨੂੰ ਦੇਖੇਗੀ ਇਸ ਮੋਰਚੇ। ਔਲਖ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਘੁੰਗਰਾਲੀ ਰਾਜਪੂਤਾਂ 'ਚ ਕੋਈ ਲੋਕਾਂ ਨੂੰ ਦਿੱਕਤਾਂ ਆਈਆਂ, ਉਹ ਦੱਸੋਗੇ ਵਿਸਤਾਰ ਦੇ ਜੀ, ਵਿੱਚ ਵੀ ਉਹ ਕੀ ਦਿੱਕਤਾਂ ਆਈਆਂ ਲੋਕਾਂ ਨੂੰ ਇਸ ਸੀਬੀਜੀ ਪਲਾਂਟ ਕਰਕੇ? ਦੇਖੋ, ਜਿਹੜੀਆਂ ਉੱਥੇ ਦਿੱਕਤਾਂ ਆਈਆਂ ਲੋਕਾਂ ਨੂੰ ਪ੍ਰੈਕਟੀਕਲ ਦੇ ਵਿੱਚ, ਉਹ ਇਹ ਸੀਗੀਆਂ ਕਿ ਇੱਕ ਤਾਂ ਉੱਥੇ ਇੰਨੀ ਜ਼ਿਆਦਾ ਬਦਬੂ ਆਉਂਦੀ ਹੈ ਕਿ ਤੁਸੀਂ ਪਿੰਡ ਦੇ ਵਿੱਚ ਅੱਛਾ ਐਂਟਰ ਹੀ ਨਹੀਂ ਕਰ ਸਕਦੇ। ਉਹ ਇੱਕ ਸੋ ਏਅਰ ਮਾਡਰਨ ਪੋਲੂਸ਼ਨ ਪਿੰਡ ਹੋ ਗਈ ਹੈ, ਉੱਥੇ। ਉੱਥੇ ਏਅਰ ਪੋਲੂਸ਼ਨ ਹੋ ਗਈ, ਬਦਬੂ ਇੰਨੀ ਜ਼ਿਆਦਾ ਆਉਂਦੀ ਹੈ। ਦੂਜਾ, ਉੱਥੇ ਮੱਖੀਆਂ ਦੀ ਸਮੱਸਿਆ ਇੰਨੀ ਜ਼ਿਆਦਾ ਹੋ ਗਈ, ਕਿਉਂਕਿ ਮੈਂ ਖੁਦ ਉੱਥੇ ਕਈ ਵਾਰੀ ਅੱਛਾ ਜਾ ਕੇ ਆਇਆ ਕਿ ਉੱਥੇ ਕੋਈ ਬੰਦਾ ਰੋਟੀ ਵੀ ਨਹੀਂ ਖਾ ਸਕਦਾ, ਮਤਲਬ ਰੋਟੀ ਖਾਣ ਵਾਸਤੇ ਮੱਖੀਆਂ ਦੇ ਨਾਲ ਉਹਨਾਂ ਨੂੰ ਯੁੱਧ ਲੜਨਾ ਪੈਂਦਾ। ਫਿਰ ਛੋਟੀਆਂ ਛੋਟੀਆਂ ਅੱਛਾ ਭੂੰਡੀਆਂ ਜੀਆਂ, ਇੰਨੀਆਂ ਕੁ ਜ਼ਿਆਦਾ ਜਾਨਵਰ ਪੈਦਾ ਹੋ ਜਾਂਦੇ ਆ, ਉਹ ਜਦੋਂ ਕੋਈ ਚਾਦਰ ਲੈ ਕੇ ਵੀ ਸੁੱਤਾ ਹੋਇਆ ਤੇ ਉਹਦੇ ਉੱਤੇ ਵੀ ਆ ਕੇ ਉਹ ਢੱਕ ਲੈਂਦੇ ਆ ਉਹਨੂੰ, ਮਤਲਬ ਇਸ ਤਰ੍ਹਾਂ ਦੀਆਂ ਆਈਆਂ। ਬਾਕੀ ਹੋਰ ਬੜੀਆਂ ਉੱਥੇ ਆਈਆਂ ਨੇ, ਸਕਿਨ ਪ੍ਰੋਬਲਮਸ ਵੀ ਆ ਰਹੀਆਂ ਨੇ ਲੋਕਾਂ ਨੂੰ ਉੱਥੇ। ਫਿਰ ਅੱਛਾ, ਹੋਰ ਜਿੱਦਾਂ ਉਹ ਫੈਕਟਰੀ ਜਦੋਂ ਚੱਲਦੀ ਹੈ ਤੇ ਉਹਦੇ ਵਿੱਚ ਜਿਹੜੀ ਸਲਰੀ ਬਣਦੀ ਹੈ, ਤੇ ਉਹ ਸਲਰੀ ਦੇ ਵਿੱਚੋਂ ਸੋਲਿਡ ਨੂੰ ਤਾਂ ਕੱਢ ਲੈਂਦੇ ਆ ਖਾਦ ਕਹਿ ਕੇ, ਤੇ ਬਾਕੀ ਜਿਹੜਾ ਪਾਣੀ ਰਹਿ ਜਾਂਦਾ ਉਹ ਪਾਣੀ ਲੋਕਾਂ ਦੇ ਖੇਤਾਂ 'ਚ ਜਾ ਕੇ ਡਿਸਪੋਜ ਕਰਦੀ ਰਹੀ ਹੈ ਫੈਕਟਰੀ ਵਾਲੇ ਲੋਕ, ਜਾਂ ਉਹਨਾਂ ਨੂੰ ਕਿਸੇ ਉੱਥੋਂ ਲੈ ਜਾਂਦੇ ਰਹੇ ਆ
ਟਰਾਲੀਆਂ 'ਚ ਪਾ ਕੇ, ਟੈਂਕੀਆਂ 'ਚ ਪਾ ਕੇ ਕਿੱਥੇ ਜਾ ਕੇ ਹੋਰ ਡਿਸਪੋਜ਼ ਕਰਦੇ ਆ, ਸਾਨੂੰ ਨਹੀਂ ਪਤਾ ਕਿਸੇ ਗੰਦੇ ਨਾਲ 'ਚ ਡਿਸਪੋਜ਼ ਕਰਦੇ ਆ ਜਾਂ ਕਿਸੇ ਹੋਰ ਜਗ੍ਹਾ ਡਿਸਪੋਜ਼ ਕਰਦੇ ਆ, ਪਰ ਪਿੰਡ ਵਿੱਚ ਵੀ ਡਿਸਪੋਜ਼ ਕਰਦੇ ਰਹੇ ਆ। ਉਹ ਜਿੱਥੇ ਜਾ ਕੇ ਉਹ ਪਾਣੀ ਗਿਰਦਾ ਰਿਹਾ ਤੇ ਉਹ ਕੁਝ ਪੁੱਟਾਂ ਤੱਕ ਜਾਂ ਕੁਝ ਕਰਮਾਂ ਤੱਕ ਉੱਥੇ ਝੋਨਾ ਜਾਂ ਜਿਹੜੀ ਫਸਲ ਹੁੰਦੀ ਸੀ ਨਹੀਂ ਸੀ ਉੱਗਦੀ ਹੁੰਦੀ, ਤੇ ਲੋਕਾਂ ਨੂੰ ਇਸ ਕਰਕੇ ਸ਼ੱਕ ਪੈਣਾ ਸ਼ੁਰੂ ਹੋਇਆ ਤੇ ਇਸ ਕਰਕੇ ਲੋਕਾਂ ਨੇ ਵਿਰੋਧ ਸ਼ੁਰੂ ਕੀਤਾ। ਬਾਕੀ ਸਕਿਨ ਪ੍ਰੋਬਲਮਸ ਵੀ ਲੋਕਾਂ ਨੂੰ ਉੱਥੇ ਆਈਆਂ ਨੇ, ਤੇ ਹੁਣ ਲੇਟੈਸਟ ਜਿਹੜੀਆਂ ਖਬਰਾਂ ਸਾਨੂੰ ਇਹ ਮਿਲ ਰਹੀਆਂ ਨੇ ਕਿ ਜਿੱਥੇ ਉਹ ਅੱਜ ਕੱਲ ਉਹ ਪਾਣੀ ਛੁੱਟੇ ਸੁੱਟਿਆ ਜਾ ਰਿਹਾ ਉੱਥੇ ਆਲੇ ਦੁਆਲੇ ਦਰਖਤ ਵੀ ਸੁੱਕਣੇ ਸ਼ੁਰੂ ਹੋ ਗਏ, ਇਸ ਕਰਕੇ ਇਹ ਪ੍ਰੋਬਲਮਾਂ ਲੋਕਾਂ ਨੂੰ ਆ ਰਹੀਆਂ ਸੀਗੀਆਂ। ਤੇ ਬਦਬੂ ਇੱਕ ਔਲਖ ਬਹੁਤ ਸਾਹਿਬ ਬੜਾ ਫੈਕਟਰ ਹੈ ਜੀ, ਔਲਖ ਸਾਹਿਬ ਤੇ ਤੁਸੀਂ ਬਤੌਰ ਡਰੱਗ ਸਾਇੰਟਿਸਟ ਦੱਸੋਗੇ ਜੀ। ਕਿ ਜਿਹੜੀ ਵੇਸਟ ਆ, ਜਿਹੜਾ ਰਹਿੰਦ ਖੂੰਹਦ ਆ ਇਹਨਾਂ ਪਲਾਂਟਸ ਦੀ, ਉਹਦੇ ਚ ਕੀ ਜੀ ਕੈਮੀਕਲਸ ਆ ਜਿਹਦਾ ਜਿਹੜਾ ਜਿਹੜੀ ਧਰਤੀ ਦਾ ਨੁਕਸਾਨ ਕਰ ਸਕਦੀ ਆ, ਜਾਂ ਜਿਹੜਾ ਪਾਣੀ ਦਾ ਜਾਂ ਪਾਣੀ ਨੂੰ ਜ਼ਹਿਰੀਲਾ ਕਰ ਸਕਦੀ ਆ, ਜਾਂ ਵਾਤਾਵਰਨ ਦੇ ਵਿੱਚ ਜਿਹੜੀ ਬਦਬੂ ਫੈਲਾਉਂਦੀ ਆ? ਦੇਖੋ ਜੀ, ਜਿਹੜੇ ਇਹ ਪਲਾਂਟਸ ਨੇ ਜਿੱਦਾਂ ਪਰਾਲੀ ਹੈ, ਕਿਉਂਕਿ ਉਹਨਾਂ 'ਚ ਇਹ ਕਿਹਾ ਜਾਂਦਾ ਕਿ ਪਰਾਲੀ ਯੂਜ ਹੋਏਗੀ, ਹਾਲਾਂਕਿ ਘੁੰਗਰਾਲੀ ਰਾਜਪੂਤਾਂ ਵਾਲੀ ਫੈਕਟਰੀ 'ਚ ਪਰਾਲੀ ਬਹੁਤ ਘੱਟ ਯੂਜ ਕੀਤੀ ਆ ਉਹਨਾਂ ਨੇ। ਉਹਨਾਂ ਨੇ ਹੋਰ ਚੀਜ਼ਾਂ ਅੱਛਾ ਲਿਆ ਕੇ ਬਾਹਰੋਂ, ਜਿਵੇਂ ਗੰਨੇ ਦੀ ਮੈਲ ਹੁੰਦੀ ਹੈ ਜਿਹਨੂੰ ਕਹਿੰਦੇ ਆ, ਤੇ ਓਕੇ ਉਹਦਾ ਹਾਂ ਕਾਫੀ ਹਾਂ ਉਹਨਾਂ ਨੇ ਇੱਥੇ ਪ੍ਰੈਸਮੈਟ ਬੋਲਦੇ ਆ, ਉਹ ਉਹਨਾਂ ਨੇ ਕਾਫੀ ਯੂਜ ਕੀਤੀ ਆ। ਫਿਰ ਉਹਨਾਂ ਨੇ ਗੋਬਰ ਲਿਆ ਕੇ ਵੀ ਯੂਜ ਕਰਨ ਦੀ ਕੋਸ਼ਿਸ਼ ਕੀਤੀ ਆ। ਫਿਰ ਉਹਨਾਂ ਨੇ ਇੱਥੋਂ ਤੱਕ ਪਿੰਡ ਦੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਉਹ ਗੰਦੇ ਨਾਲੇ ਚੋਂ ਲਿਆ ਕੇ ਵੀ ਨਾ ਕੋਈ ਮਵਾਦ ਲਿਆ ਕੇ ਵੀ ਵਿੱਚ ਸੁੱਟਦੇ ਪਏ ਆ। ਇਹ ਗੱਲਾਂ ਕਿੰਨੀਆਂ ਕੁ ਸੱਚੀਆਂ ਨੇ ਜਾਂ ਝੂਠੀਆਂ ਨੇ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਨੀ ਚਾਹਾਂਗਾ, ਕਿਉਂਕਿ ਇਹਦੇ ਨਾਲ ਇਹ ਮੇਰਾ ਫੀਲਡ ਨਹੀਂ ਆ ਤੇ ਨਾ ਹੀ ਮੈਨੂੰ ਇਹਦੇ ਨਾਲ ਕੋਈ ਫਰਕ ਪੈਂਦਾ। ਮੈਨੂੰ ਫਰਕ ਇਸ ਚੀਜ਼ ਨਾਲ ਪੈਂਦਾ ਕਿ ਸਰਕਾਰ ਇਹ ਕਹਿੰਦੀ ਆ ਕਿ ਜਿਹੜੀ ਇਹ ਪਰਾਲੀ ਹੈ ਇਹਦੇ ਵਿੱਚੋਂ ਜਦੋਂ ਅਸੀਂ ਗੈਸ ਕੱਢ ਲੈਂਦੇ ਹਾਂ ਤੇ ਮੁੜ ਕੇ ਜਿਹੜੀ ਉਹ ਸਲਰੀ ਬਣ ਜਾਂਦੀ ਹੈ, ਸਲਰੀ ਚੋਂ ਅਸੀਂ ਸੋਲਿਡ ਮਟੀਰੀਅਲ ਕੱਢ ਲੈਂਦੇ ਹਾਂ, ਉਹ ਵੀ ਖੇਤਾਂ ਦੀ ਖਾਦ ਬਣ ਜਾਂਦੀ ਹੈ ਔਰ ਬਾਕੀ ਪਾਣੀ ਬਚ ਜਾਂਦਾ। ਮੈਂ ਮੇਰਾ ਮੁੱਦਾ ਇਹ ਉੱਤੇ, ਇਹ ਪਰਾਲੀ ਜਿਹੜੀ ਹੈ ਇਹ ਬਾਇਓਡੀਗ੍ਰੇਡੇਬਲ ਹੈ, ਤੇ ਬਾਇਓਡੀਗ੍ਰੇਡੇਬਲ ਹੈ ਤੇ ਪਰਾਲੀ ਤਾਂ ਖਤਮ ਹੋ ਗਈ। ਜਿਹੜੀ ਉਹਦੇ ਚੋਂ ਖਾਦ ਨਿਕਲ ਗਈ ਮੁੜ ਕੇ ਉਹ ਪਾਣੀ ਬਚ ਗਿਆ, ਇੱਕ ਤਰ੍ਹਾਂ ਦਾ ਮਤਲਬ ਇਹਦਾ ਕੋਈ ਜਿਹੜਾ ਲੌਂਗ ਟਰਮ ਪੋਲੂਸ਼ਨ ਨਹੀਂ ਹੈਗਾ। ਸਰਕਾਰ ਦਾ ਜਾਂ ਅੱਛਾ ਇਹਨਾਂ ਫੈਕਟਰੀ ਵਾਲਿਆਂ ਦਾ ਇਹ ਕਹਿਣਾ ਹੈਗਾ, ਪਰ ਦਿੱਕਤ ਇਹ ਆ ਕਿ ਇਹ ਬਹੁਤ ਪੁਰਾਣਾ ਗਿਆਨ ਹੋ ਗਿਆ। ਹੁਣ ਨਵਾਂ ਗਿਆਨ ਇਹ ਕਹਿੰਦਾ ਕਿ ਜਿਹੜੀ ਇਹ ਪਰਾਲੀ ਹੈ ਇਹ ਬਾਇਓਡੀਗ੍ਰੇਡੇਬਲ ਨਹੀਂ ਹੁੰਦੀ। ਨਹੀਂ ਹੁੰਦੀ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਝੋਨਾ ਲਾਉਂਦੇ ਹਾਂ ਜਾਂ ਕਣਕ ਲਾਉਂਦੇ ਹਾਂ, ਜਿੰਨੀਆਂ ਵੀ ਫਸਲਾਂ ਅਸੀਂ ਲਾਉਂਦੇ ਹਾਂ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਖਾਦਾਂ ਪਾਉਂਦੇ ਹਾਂ, ਬਹੁਤ ਸਾਰੇ ਪੈਸਟੀਸਾਈਡ ਪਾਉਂਦੇ ਹਾਂ, ਇਨਸੈਕਟੀਸਾਈਡ ਪਾਉਂਦੇ ਹਾਂ, ਤੇ ਉਹ ਜਿਹੜੀ ਪਲਾਂਟ ਮਟੀਰੀਅਲ ਆ ਉਹ ਤਾਂ ਬਾਇਓਡੀਗ੍ਰੇਡੇਬਲ ਹੋ ਸਕਦਾ ਹੈ, ਪਰ ਜਿਹੜੇ ਉਹ ਕੈਮੀਕਲ ਹੁੰਦੇ ਨੇ ਉਹ ਬਾਇਓਡੀਗ੍ਰੇਡੇਬਲ ਨਹੀਂ ਹੁੰਦੇ। ਇਸ ਗੱਲ ਦਾ ਸਬੂਤ ਇਹ ਹੈ ਕਿ ਅੱਜ ਪੰਜਾਬ ਦੀ ਮਾਲਵਾ ਬੈਲਟ ਪੂਰੀ ਕੈਂਸਰ ਬੈਲਟ ਬਣ ਚੁੱਕੀ ਹੈ ਇਹਨਾਂ ਜ਼ਹਿਰਾਂ ਦੇ ਕਰਕੇ, ਇਹਨਾਂ ਪੈਸਟੀਸਾਈਡਾਂ ਤੇ ਇਨਸੈਕਟੀਸਾਈਡਾਂ ਦੇ ਕਰਕੇ, ਤੇ ਉਹ ਇਹ ਗੱਲ ਸਾਬਤ ਹੋ ਚੁੱਕੀ ਆ ਕਿ ਇਹ ਨਹੀਂ ਬਾਇਓਡੀਗ੍ਰੇਡੇਬਲ ਹੁੰਦੇ, ਇਹ ਡਿਸਇੰਟੀਗ੍ਰੇਟ ਨਹੀਂ ਕਰਦੇ, ਇਹ ਬਾਇਓ ਟ੍ਰਾਂਸਫਾਰਮ ਨਹੀਂ ਹੁੰਦੇ, ਇਹ ਇਵੇਂ ਦੇ ਇਵੇਂ ਹੀ ਅੱਗੇ ਚਲੇ ਜਾਂਦੇ ਨੇ। ਜਦੋਂ ਇੱਥੇ ਪਰਾਲੀ ਤੋਂ ਇਹ ਚੀਜ਼ਾਂ ਬਣਾਈਆਂ ਜਾਣਗੀਆਂ, ਕਿਉਂਕਿ ਪਰਾਲੀ ਝੋਨੇ ਤੋਂ ਆਈ ਆ, ਝੋਨੇ ਵਿੱਚ ਦੁਨੀਆ ਜਹਾਨ ਦੇ ਇਨਸੈਕਟੀਸਾਈਡ ਆਏ ਨੇ, ਪੈਸਟੀਸਾਈਡ ਆਏ ਨੇ, ਤੇ ਇਸ ਕਰਕੇ ਉਹ ਜਿਹੜੇ ਨੇ ਤੇ ਉਹ ਰਹਿਣਗੇ ਉੱਥੇ, ਤੇ ਉਹ ਇਸ ਕਰਕੇ ਉਹ ਬਿਮਾਰੀ ਜਿੱਥੇ ਉਹ ਖਾਦ ਜਾਏਗੀ ਉਹਦੇ ਨਾਲ ਉਹ ਜਾਣਗੇ, ਤੇ ਉਹ ਜਿੱਥੇ ਉਹ ਪਾਣੀ ਜਿਹੜਾ ਜਾਏਗਾ ਗੰਦਾ ਪਾਣੀ ਜਿਹੜਾ ਉਹਦੇ ਵਿੱਚੋਂ ਰਹਿੰਦ ਖੁੰਹਦ ਬਣਨੀ ਆ
ਉੱਥੇ ਜਾਣਗੇ ਔਰ ਇਹ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਔਰ ਇਹਦੇ ਮੈਨੂੰ ਵਿੱਚ ਇਹ ਮੈਨੂੰ ਹੋਏਗਾ, ਦੋ ਤਿੰਨ ਜਾਣਦੇ ਮੇਰੇ ਹੋ ਕਿ ਸਵਾਲ ਹੈ ਔਲਖ ਸਾਹਿਬ, ਮੇਰੇ ਦੋ ਤਿੰਨ ਜੀ ਸਵਾਲ ਹੈ ਕਿ ਤੁਹਾਡੇ ਜੀ ਮੁਤਾਬਕ ਇਹ ਪਲਾਂਟ ਸੀਬੀਜੀ ਪਲਾਂਟ ਲੱਗਣੇ ਨਹੀਂ ਚਾਹੀਦੇ, ਜਾਂ ਤੁਹਾਨੂੰ ਲੱਗਦਾ ਵਾ ਕਿ ਕੋਈ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ? ਜਿਵੇਂ ਤੁਸੀਂ ਮੱਖੀਆਂ ਦਾ ਮਸਲਾ ਰੇਜ਼ ਕੀਤਾ ਕਿ ਮੱਖੀਆਂ ਬਹੁਤ ਆ ਜਾਂਦੀਆਂ ਉੱਥੇ, ਮੱਖੀਆਂ ਜਿਹੜੀਆਂ ਵਾ, ਜੀ ਮੇਰਾ ਮੈਂ ਨੋਟਿਸ ਕੀਤਾ ਵਾ ਕਿ ਉਹ ਆਪਾਂ ਜਦੋਂ ਪੋਲਟਰੀ ਫਾਰਮ ਬਣਾਉਂਦੇ ਹਾਂ ਉਦੋਂ ਵੀ ਬਹੁਤ ਆ ਜਾਂਦੀਆਂ, ਪਰ ਉਹ ਪੋਲਟਰੀ ਫਾਰਮ ਜੀ ਜਿਹੜੀ ਜਿਹੜੀ ਫੀਡ ਹੁੰਦੀ ਆ ਮੁਰਗੀਆਂ ਦੀ, ਉਹਦੇ ਜੇ ਕੋਈ ਪਰਟੀਕੁਲਰ ਦਵਾਈ ਪਾਤੀ ਜਾਵੇ ਤੇ ਉਹ ਕਹਿੰਦੇ ਮੱਖੀਆਂ ਫਿਰ ਨਹੀਂ ਆਉਂਦੀਆਂ। ਸੋ ਇਸ ਤਰ੍ਹਾਂ ਕੋਈ ਇਹਦਾ ਜੀ ਹੱਲ ਹੈ ਜੀ ਜਾਂ ਤੁਹਾਨੂੰ ਲੱਗਦਾ ਕਿ ਇਹ ਲੱਗਣੇ ਨਹੀਂ ਚਾਹੀਦੇ ਪਲਾਂਟ? ਦੇਖੋ ਮੈਂ ਡਰੱਗ ਸਾਇੰਟਿਸਟ ਹਾਂ, ਮੇਰਾ ਮੱਖੀਆਂ ਦੀ ਸਮੱਸਿਆ ਨਾਲ ਕੋਈ ਸੰਬੰਧ ਨਹੀਂ ਹੈ, ਮੇਰਾ ਬਦਬੂ ਦੀ ਸਮੱਸਿਆ ਨਾਲ ਵੀ ਕੋਈ ਸੰਬੰਧ ਨਹੀਂ ਹੈ। ਮੇਰਾ ਜਿਸ ਚੀਜ਼ ਨਾਲ ਸੰਬੰਧ ਇਹ ਹੈਗਾ ਵਾ ਉਹ ਚੀਜ਼ਾਂ ਇਸ ਤੋਂ ਇਲਾਵਾ ਨੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜੀ ਐਗਰੀਕਲਚਰ ਸਾਇੰਸ ਆ, ਦੇਖੋ ਹੈ ਤੇ ਉਹ ਵੀ ਸਾਇੰਸ ਹੀ ਹੈ ਨਾ, ਉਹਨਾਂ ਦੇ ਮੁਤਾਬਕ ਤਾਂ ਪਰਾਲੀ ਬਾਇਓਡੀਗਰੇਡੇਬਲ ਹੈ। ਮੈਂ ਹੈਗਾ ਡਰੱਗ ਰਾਈਟ, ਸਾਇੰਸ ਦਾ ਬੰਦਾ, ਮੇਰੇ ਮੁਤਾਬਕ ਠੀਕ ਹੈ, ਪਰਾਲੀ ਬਾਇਓਡੀਗਰੇਡੇਬਲ ਨਹੀਂ ਹੁੰਦੀ। ਮੈਂ ਤੁਹਾਨੂੰ ਹੁਣੇ ਸਾਬਤ ਕਰਕੇ ਦਿਖਾਇਆ ਕਿ ਇਨਸੈਕਟੀਸਾਈਡ ਬਿਲਕੁਲ ਠੀਕ ਪੈਸਟੀਸਾਈਡ ਹੈ, ਉਹ ਬਾਇਓਡੀਗਰੇਡ ਨਹੀਂ ਹੁੰਦੇ। ਇੱਦਾਂ ਹੀ ਇੱਕ ਹੋਰ ਠੀਕ ਹੈ, ਕੈਮੀਕਲ ਹੁੰਦੇ ਨੇ, ਅਸੀਂ ਆਪਣੀ ਭਾਸ਼ਾ ਦੇ ਵਿੱਚ ਦਵਾਈਆਂ ਦੀ ਭਾਸ਼ਾ 'ਚ ਉਹਨੂੰ ਬੋਲਦੇ ਨੇ ਬੁਟਾਈਲ ਫਸੈਲੇਟਸ। ਉਹ ਇਹਨਾਂ ਪੌਦਿਆਂ 'ਚ ਅੱਜ ਕੱਲ੍ਹ ਬਹੁਤ ਆ ਰਹੇ ਨੇ, ਪਰਾਲੀ ਵਿੱਚ ਆ ਰਹੇ ਨੇ, ਔਰ ਉਹ ਜਦੋਂ ਬਾਇਓ ਇਹ ਪਲਾਂਟ ਜਿੱਥੇ ਲੱਗੇਗਾ, ਹੁਣ ਦੇਖੋ ਪ੍ਰੋਸੈਸ ਕੀ ਹੈ, ਜਦੋਂ ਉਹਦੇ ਚੋਂ ਗੈਸ ਤਿਆਰ ਕੀਤੀ ਜਾਏਗੀ ਤੇ ਇੱਕ ਪ੍ਰਕਿਰਿਆ ਹੁੰਦੀ ਆ, ਉਹਨੂੰ ਅਸੀਂ ਬੋਲਦੇ ਹਾਂ ਐਨਐਰੋਬਿਕ ਰੈਸਪੀਰੇਸ਼ਨ। ਉਹਦੇ ਵਿੱਚੋਂ ਜਦੋਂ ਉਹ ਬਣੇਗੀ ਸਲਰੀ, ਉਹ ਬਦਬੂ ਮਾਰਦਾ ਗੰਦਾ ਮਵਾਦ ਬਣੇਗਾ, ਉਹਦੇ ਚੋਂ ਉਹਨਾਂ ਨੇ ਪ੍ਰੈਸ ਕਰਕੇ ਤੇ ਸੋਲਿਡ ਮਟੀਰੀਅਲ ਕੱਢ ਲਿਆ, ਚਲੋ ਮੰਨ ਲਿਆ ਉਹ ਖਾਦ ਆ, ਜੀ ਉਹ ਖਾਦ ਕਿਤੇ ਤਾਂ ਜਾਏਗੀ। ਦੂਜੇ ਪਾਸੇ ਜਿਹੜਾ ਪਾਣੀ ਰਹਿ ਗਿਆ ਉਹ ਵੀ ਕਿਤੇ ਜਾਏਗਾ, ਮੰਨ ਲਓ ਖੇਤਾਂ 'ਚ ਗਿਆ। ਹੁਣ ਘੁੰਗਰਾਲੀ ਰਾਜਪੂਤਾਂ ਦੇ ਵਿੱਚ ਲੋਕ ਆਪਣੇ ਖੇਤਾਂ 'ਚ ਪਵਾਉਂਦੇ ਨਹੀਂ, ਹੁਣ ਫੈਕਟਰੀ ਵਾਲੇ ਕੀ ਕਰਨਗੇ? ਫੈਕਟਰੀ ਵਾਲੇ ਜਾਂ ਤਾਂ ਕਿਸੇ ਗੰਦੇ ਨਾਲੇ 'ਚ ਸੁੱਟਣਗੇ ਉਹਨੂੰ, ਤੇ ਜਾਂ ਉਹਦੇ ਵਾਸਤੇ ਵੱਡੇ ਵੱਡੇ ਤਲਾਬ ਬਣਾਏ ਜਾਣਗੇ। ਹੁਣ ਜਿਹੜੇ ਤਲਾਬਾਂ 'ਚ ਉਹ ਜਾ ਕੇ ਜਾਂ ਪਏਗੀ, ਜ਼ਮੀਨ 'ਚ ਪਾਉਣਗੇ ਜਾਂ ਜ਼ਮੀਨ 'ਚ ਪਾਉਣਗੇ, ਜਾਂ ਜ਼ਮੀਨ 'ਚ ਰਿਵਰਸ ਬੋਰਿੰਗ ਕਰਕੇ ਪਾਉਣਗੇ, ਉਹਦੇ ਵਿੱਚ ਜਿਹੜੇ ਬੁਟਾਈਲ ਫਸੈਲੇਟਸ ਵੀ ਹੋਣਗੇ। ਹੁਣ ਮੰਨ ਲਓ ਤਲਾਬ ਹੀ ਬਣਾ ਲਿਆ ਤੁਸੀਂ, ਮੰਨ ਲਓ ਤੁਸੀਂ ਪੱਕਾ ਤਲਾਬ ਬਣਾ ਲਿਆ, ਕੰਕਰੀਟ ਵਾਲਾ ਬਣਾ ਲਿਆ, ਲੈਂਟਰ ਪਾ ਲਿਆ ਥੱਲੇ, ਉਹ ਗੰਦੇ ਪਾਣੀ ਦੇ ਸਾਹਮਣੇ ਲੈਂਟਰ ਨੇ ਕਿੰਨੇ ਕੁ ਸਾਲ ਕੱਢਣੇ ਆ? 2 ਸਾਲ 4 ਸਾਲਾਂ ਬਾਅਦ ਲੈਂਟਰ ਗਲ ਜਾਣਾ, ਵਿੱਚ ਜਿਹੜਾ ਸਰੀਆ ਪਾਇਆ ਹੋਣਾ ਉਹ ਗਲ ਜਾਣਾ, ਉਹ ਪਾਣੀ ਜ਼ਮੀਨ ਦੇ ਥੱਲੇ ਜਾਣਾ ਸ਼ੁਰੂ ਹੋ ਜਾਣਾ 2 ਸਾਲਾਂ ਬਾਅਦ, 4 ਸਾਲਾਂ ਬਾਅਦ, 5 ਸਾਲਾਂ ਬਾਅਦ, ਹੌਲੀ ਹੌਲੀ 15 ਸਾਲ 20 ਸਾਲ 25 ਸਾਲਾਂ ਬਾਅਦ ਉਹ ਜਿਹੜੇ ਕੈਮੀਕਲ ਨੇ ਬੁਟਾਈਲ ਫਸੈਲੇਟਸ ਨੇ ਉਹ ਥੱਲੇ ਗਰਾਊਂਡ ਵਾਟਰ 'ਚ ਚਲੇ ਜਾਣੇ ਆ। ਉਹ ਪਾਣੀ ਲੋਕਾਂ ਨੇ ਪੀਣਾ ਹੈ, ਪਸ਼ੂਆਂ ਨੂੰ ਦੇਣਾ ਹੈ, ਉਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਰਿਸਰਚ ਨੇ ਹੁਣ ਸਾਬਤ ਕਰ ਦਿੱਤੀਆਂ ਨੇ ਕਿ ਇਹ ਜਿਹੜੇ ਕੈਮੀਕਲ ਨੇ ਇਹਨਾਂ ਨਾਲ ਕੈਂਸਰ ਹੁੰਦੀ ਹੈ, ਔਰ ਇਹ ਕੈਂਸਰ ਇਦਾਂ ਹੁੰਦੀ ਹੈ ਕਿ ਦੁਨੀਆ ਦੇ ਵੱਡੇ ਵੱਡੇ ਐਕਸਪਰਟ ਨੇ, ਮੈਂ ਤੁਹਾਨੂੰ ਦੱਸਦਾ ਕਿ ਇੱਕ ਪ੍ਰੋਫੈਸਰ ਥੋਮਸ ਐਡਰਨ ਨੇ ਅੱਜ ਬ੍ਰੈਸਟ ਕੈਂਸਰ ਦੇ ਦੁਨੀਆ ਦੇ ਸਭ ਤੋਂ ਵੱਡੇ ਐਕਸਪਰਟਾਂ 'ਚ ਉਹਨਾਂ ਦਾ ਨਾਂ ਲਿਆ ਜਾਂਦਾ, ਉਹਨਾਂ ਨੇ ਬਹੁਤ ਖੋਜ ਕੀਤੀ ਹੈ ਇਹਦੇ ਉੱਤੇ, ਉਹਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਆ। ਔਰ ਅਮੈਰੀਕਾ ਦੇ ਵਿੱਚ ਅਮੈਰੀਕਨ ਸੋਸਾਇਟੀ ਆਫ ਓਨਕੋਲੋਜੀ ਆ ਕੈਂਸਰ ਵਾਲੀ, ਤੇ ਉਹਨਾਂ ਦਾ ਇੱਕ ਜਨਰਲ ਸ਼ਬਦ ਹੈ, ਉਹ ਜਨਰਲ ਹੈਗਾ ਵਾ ਜਨਰਲ ਆਫ ਕਲੀਨਿਕਲ ਓਨਕੋਲੋਜੀ, ਉਹਦੇ ਵਿੱਚ ਥੋਮਸ ਐਡਰਨ ਸਾਹਿਬ ਦਾ ਪੇਪਰ ਛਪਿਆ, ਉਹਦੇ ਵਿੱਚ ਉਹਨਾਂ ਨੇ ਜੋ ਡਾਟਾ ਯੂਜ਼ ਕੀਤਾ ਹੈ ਉਹ ਡੈਨਮਾਰਕ ਦਾ ਸਰਕਾਰੀ ਡਾਟਾ ਹੈ, ਔਰ ਅਮੈਰੀਕਾ ਦਾ ਸਰਕਾਰੀ ਡਾਟਾ ਹੈ, ਮੈਕਸੀਕੋ ਦਾ ਸਰਕਾਰੀ ਡਾਟਾ ਹੈ,
ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਐਸਟੈਬਲਿਸ਼ ਕੀਤਾ ਹੈ ਕਿ ਇਹ ਜਿਹੜੇ ਕੈਮੀਕਲ ਨੇ, ਇਹ ਜਿਹੜੇ ਕੰਪਾਉਂਡ ਨੇ, ਇਹਨਾਂ ਦੇ ਨਾਲ ਕੈਂਸਰ ਹੁੰਦੀ ਹੁੰਦੀ ਹੈ, ਬ੍ਰੈਸਟ ਕੈਂਸਰ ਹੁੰਦੀ ਹੈ, ਉਹ ਬ੍ਰੈਸਟ ਕੈਂਸਰ ਉਹਨਾਂ ਨੇ ਉਹਦੇ ਨਾਲ ਸਾਬਤ ਕੀਤੀ ਹੈ। ਦੂਜੇ ਪਾਸੇ ਸੋ ਇਹਦਾ ਮਤਲਬ ਆ, ਸਾਡੇ ਇਹਦਾ ਮਤਲਬ ਔਲਖ ਸਾਹਿਬ, ਇਹਦਾ ਮਤਲਬ ਆ, ਇਹਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਜੇ ਵੀ ਇਹ ਫਿਰ ਸੀਬੀਜੀ ਪਲਾਂਟ ਲੱਗਣੇ ਹੀ ਨਹੀਂ ਚਾਹੀਦੇ, ਰਾਈਟ? ਮੇਰੇ ਕਹਿਣ ਦਾ ਮਤਲਬ ਇਹ ਕਿ ਦੇਖੋ, ਤਰੱਕੀ ਆਪਣੀ ਜਗ੍ਹਾ ਹੈ, ਤੇ ਹਾਂ ਤਰੱਕੀ ਆਪਣੀ ਹਾਂ ਜਗ੍ਹਾ ਤੇ ਕੈਂਸਰ ਵਰਗੀਆਂ ਅਲਾਮਤਾਂ ਆਪਣੀ ਜਗ੍ਹਾ ਨੇ। ਜਿਹੜੀ ਚੀਜ਼ ਹਾਂ ਸਾਨੂੰ ਮੌਤ ਵੰਡੇ, ਜਿਹੜੀ ਚੀਜ਼ ਸਾਨੂੰ ਮੌਤ ਵੰਡੇ, ਉਹ ਸਾਨੂੰ ਤਰੱਕੀ ਦੀ ਕੀਮਤ ਤੇ ਨਹੀਂ ਚਾਹੀਦੀ। ਤਰੱਕੀ ਹੋਏਗੀ ਆਪਣੀ ਜਗ੍ਹਾ, ਠੀਕ ਹੈ, ਜੇ ਸਰਕਾਰ ਨੇ ਫੈਕਟਰੀਆਂ ਲਾਉਣੀਆਂ ਨੇ, ਸਰਕਾਰ ਕੋਈ ਪ੍ਰੋਟੋਕਾਲ ਬਣਾਏ, ਸਰਕਾਰ ਜ਼ਮੀਨਾਂ ਅਕਵਾਇਰ ਕਰੇ ਜਿਹਦੇ ਵਿੱਚ 10-10 ਕਿਲੋਮੀਟਰ ਤੱਕ ਕੋਈ ਆਬਾਦੀ ਨਾ ਹੋਏ, ਉਹਦੇ ਵਿੱਚ ਇਹੋ ਜਿਹੇ ਕਿੰਨੇ ਮਰਜ਼ੀ ਪਲਾਂਟ ਲਾ ਦੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਤਾਂ ਕਿ ਉਹ ਜਿਹੜਾ ਗਰਾਊਂਡ ਪਰ ਵਾਟਰ ਹੈ ਇਹਦਾ ਉਹ ਮਤਲਬ ਇਹ 10 ਹੋਇਆ, 15 ਪਰ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਪਰਾਲੀ, ਜੇ ਆਪਾਂ ਕਹਿੰਦੇ ਆ ਵੀ ਪਰਾਲੀ ਨੂੰ ਜੇ ਖੇਤ ਦੇ ਵਿੱਚ ਹੀ ਵਾਹ ਦਿਓ ਤੇ ਉਹ ਹੌਲੀ ਹੌਲੀ ਖਾਦ ਬਣ ਜਾਂਦੀ ਆ, ਫਿਰ ਉਹ ਵੀ ਉਹਦੇ ਚ ਵੀ ਫਿਰ ਜੀ, ਜ਼ਹਿਰ ਜਿਹੜਾ ਵਾ ਰਹੂਗਾ ਉਹਦੇ ਵਿੱਚ। ਉਹਦੇ ਵਿੱਚ ਕੀ ਹੁੰਦਾ ਵਾ, ਜਦੋਂ ਇਹਦੀ ਖੇਤਾਂ ਵਿੱਚ ਰੇਹ ਬਣਾ ਦਿੰਦੇ ਸੀ ਨਾ, ਪਹਿਲਾਂ ਕੀ ਹੁੰਦਾ ਸੀ ਕਿ ਪਰਾਲੀ ਸਾੜ ਦਿੰਦੇ ਸੀ, ਜਦੋਂ ਪਰਾਲੀ ਸੜ ਜਾਂਦੀ ਸੀ ਉਹਦੇ ਨਾਲ ਇਹ ਸਾਰੇ ਕੈਮੀਕਲ ਸੜ ਜਾਂਦੇ ਸੀ। ਤੇ ਜੇ ਉਹਦੀ ਰੇਹ ਵੀ ਤੁਸੀਂ ਬਣਾਓਗੇ ਨਾ, ਉਹ ਇੱਕ ਬੜੇ ਲੰਬੇ ਚੌੜੇ ਇੱਕ ਬਾਇਓਲੋਜੀਕਲ ਸਰਕਲ ਦੇ ਵਿੱਚ ਚਲੀ ਜਾਏਗੀ। ਉਹਦੇ ਵਿੱਚ ਉਹ ਜ਼ਮੀਨ ਦੇ ਥੱਲੇ ਤੱਕ ਕਦੋਂ ਪਹੁੰਚੇਗੀ, ਕਿੱਦਾਂ ਪਹੁੰਚੇਗੀ, ਨਹੀਂ ਪਹੁੰਚੇਗੀ, ਹਵਾ ਨੇ ਆਪਣਾ ਕੰਮ ਕਰਨਾ, ਬਾਰਿਸ਼ ਨੇ ਆਪਣਾ ਕੰਮ ਓਕੇ ਕਰਨਾ, ਧੁੱਪ ਨੇ ਆਪਣਾ ਕੰਮ ਕਰਨਾ, ਕੰਪਾਉਂਡਾਂ ਨੇ ਹੌਲੀ ਹੌਲੀ ਗਲ ਜਾਣਾ, ਬਾਇਓਡੀਗ੍ਰੇਡੇਬਲ ਹੋ ਸਕਦੇ ਨੇ ਉਹ ਉਹ ਕੰਪਾਉਂਡ। ਨੈਚੁਰਲ ਤੇ ਜਦੋਂ ਫੀਨੋਮੀਨਾ, ਤੁਸੀਂ ਨੈਚੁਰਲ ਉਹਨਾਂ ਨੂੰ, ਫੀਨੋਮੀਨਾ ਚ ਪੈ ਗਈ ਉਹ, ਹਾਂ, ਜਦੋਂ ਤੁਸੀਂ ਉਹਨਾਂ ਨੂੰ ਇੱਕ ਬਾਇਓਗੈਸ ਪਲਾਂਟਾਂ 'ਚ ਪ੍ਰੋਸੈਸ ਕਰ ਲਿਆ, ਉਹਨਾਂ ਦਾ ਵਿੱਚੋਂ ਉਹ ਖਾਦ ਕੱਢ ਲਈ, ਦੂਜੇ ਪਾਸੇ ਉਹ ਕੀ ਬੋਲਦੇ ਆ ਉਹਦਾ ਉਹ ਗੰਦਾ ਪਾਣੀ ਕੱਢ ਲਿਆ, ਉਹ ਗੰਦਾ ਪਾਣੀ ਤਲਾਬਾਂ 'ਚ ਪਾ ਦਿੱਤਾ। ਤਲਾਬਾਂ 'ਚੋਂ ਇੱਕ ਪ੍ਰੋਸੈਸ ਹੁੰਦੀ ਹੈ, ਸਾਨੂੰ ਮੈਡੀਸਨ ਦੇ ਵਿੱਚ ਪੜ੍ਹਾਈ ਜਾਂਦੀ ਹੈ, ਪਰਕੋਲੇਸ਼ਨ। ਪਰਕੋਲੇਸ਼ਨ ਦੇ ਨਾਲ ਉਹ ਤੁਪਕਾ ਤੁਪਕਾ ਕਰਕੇ ਪਾਣੀ ਥੱਲੇ ਜ਼ਮੀਨ 'ਚ ਚਲਿਆ ਜਾਣਾ, ਜਿਹਨੂੰ ਅਸੀਂ ਕਹਿੰਦੇ ਨਾ ਕਿ ਇੱਕ ਕਹਾਵਤ ਹੁੰਦੀ ਹੈ ਕਿ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ। ਉਹ ਬੂੰਦ ਬੂੰਦ ਕਰਕੇ ਉਹ ਪਾਣੀ ਜਿਹੜਾ ਜ਼ਮੀਨਾਂ 'ਚੋਂ, ਤਲਾਬਾਂ 'ਚੋਂ ਰਿਸਦਾ ਹੋਇਆ ਜਾਂ ਗੰਦੇ ਨਾਲੇ 'ਚ ਵੀ ਪਾਤਾ, ਤਾਂ ਵੀ ਥੱਲੇ ਚਲੇ ਗਿਆ। ਉਹ ਕਰਦਿਆਂ ਕਰਦਿਆਂ ਉਹ ਪਾਣੀ ਜਿਹੜਾ ਸਾਡੇ ਫਨ ਐਂਡ ਫਲੋਰਾ 'ਚ ਰਲ ਜਾਏਗਾ। ਦੇਖੋ ਨਾ, ਸਰਕਾਰ ਕਿੱਡੇ ਵੱਡੇ ਲੈਵਲ 'ਤੇ ਕੰਮ ਕਰ ਰਹੀ ਹੈ, ਕਰੀਬ 50 ਫੈਕਟਰੀਆਂ ਦੇ ਲਾਇਸੈਂਸ ਕਲੀਅਰ ਹੋ ਚੁੱਕੇ ਆ, ਤੇ 32 ਫੈਕਟਰੀਆਂ ਪਾਈਪ ਲਾਈਨ 'ਚ, ਮੰਨ ਲਓ 100 ਦੇ ਕਰੀਬ ਤਾਂ ਹੋ ਹੀ ਗਈਆਂ ਨੇ ਨਾ। ਤੇ ਜੇ ਸਰਕਾਰ ਨੇ ਇੱਕ ਦੇ ਰਾਈਟ ਦੋ ਹੱਲੇ ਹੋਰ ਮਾਰ ਦਿੱਤੇ ਤੇ ਇਹ ਫੈਕਟਰੀਆਂ 500-1,000 ਕਦੋਂ ਹੋ ਜਾਣੀਆਂ, ਸਾਨੂੰ ਪਤਾ ਹੀ ਨਹੀਂ ਚੱਲਣਾ। ਤੇ ਇਸੇ ਹੀ ਕਰਕੇ ਮੋਰਚਾ ਲੱਗਿਆ ਹੋਇਆ ਕਿ ਇਹਨਾਂ ਨੂੰ ਹੁਣੇ ਹੀ ਰੋਕ ਲਿਆ ਜਾਏ, ਤਾਂ ਕਿ ਸਰਕਾਰਾਂ ਦਾ ਕੀ ਪਤਾ ਕਿ ਮੇਰੇ 13 ਦੋ ਹਜ਼ਾਰ ਸਵਾਲ ਪਿੰਡ ਹੈ ਨੇ ਇਹਦੇ ਪੰਜਾਬ ਤੇ। ਦੇ ਜੀ, ਮੇਰੇ ਦੋ ਸਵਾਲ ਹੈ ਔਲਖ ਸਾਹਿਬ ਇਸ ਮਸਲੇ ਤੇ। ਇੱਕ ਜੀ ਤੇ ਕਿ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਤੇ ਇਸ ਤਰ੍ਹਾਂ ਦੀਆਂ ਫੈਕਟਰੀਆਂ ਮੁਲਕ 'ਚ ਕਈ ਹੋਰ ਥਾਵਾਂ ਤੇ ਵੀ ਲੱਗੀਆਂ ਹੋਈਆਂ, ਤੁਹਾਡੀ ਨੂੰ ਕੀ ਜਾਣਕਾਰੀ ਆ ਵੀ ਕਿਤੇ ਹੋਰ ਵੀ ਇਹਨਾਂ ਦਾ ਵਿਰੋਧ ਹੋ ਰਿਹਾ ਵਾ? ਦੇਖੋ ਜੀ, ਸ਼ੁਰੂਆਤ ਤੋਂ ਕਿਤੇ ਨਾ ਕਿਤੇ ਹੋਣੀ ਹੁੰਦੀ ਹੈ। ਹੁਣ ਬਹੁਤ ਵੱਡਾ ਕਿਸਾਨੀ ਅੰਦੋਲਨ ਹੋਇਆ ਸੀਗਾ ਦਿੱਲੀ ਦੇ ਬਾਰਡਰਾਂ ਦੇ ਉੱਤੇ, ਉਹਦੇ ਵਿੱਚ 80% ਕੰਟਰੀਬਿਊਸ਼ਨ ਤਾਂ ਪੰਜਾਬ ਦਾ ਹੀ ਸੀ ਨਾ, ਬਾਕੀ ਹਰਿਆਣੇ ਦਾ ਸੀ, ਬਾਕੀ ਸਟੇਟਾਂ ਨੇ ਤਾਂ ਬਹੁਤ ਬੜਾ ਕੰਟਰੀਬਿਊਸ਼ਨ ਕੀਤਾ ਨਹੀਂ। ਇਹ ਤਾਂ ਨਹੀਂ ਕਹਿ ਸਕਦੇ ਵੀ ਵਿਰੋਧ ਕਿੱਥੋਂ ਹੋਇਆ, ਪੰਜਾਬ ਤੋਂ ਹੋਇਆ, ਉਹ ਤਾਂ ਕਿਤੋਂ ਨਾ ਕਿਤੋਂ ਹੋਣਾ ਹੀ ਆ। ਪੰਜਾਬ ਦੇ ਲੋਕ ਕਿਸਾਨੀ ਮੋਰਚੇ ਤੋਂ ਬਾਅਦ ਬਹੁਤ ਜਾਗਰੂਕ ਹੋ ਚੁੱਕੇ ਨੇ, ਉਹ ਜਿਹੜੇ ਨੇ ਉਹ ਬੁਰਾਈ ਦਾ ਵਿਰੋਧ ਕਰਦੇ ਨੇ, ਉਹ ਸਵਾਲ ਕਰਦੇ ਨੇ, ਹੁਕਮਰਾਨਾਂ ਦੀਆਂ ਨੀਤਾਂ ਤੇ ਵੀ ਜਾ ਕੇ ਉਂਗਲੀ ਉਠਾਉਂਦੇ ਨੇ। ਇਸ ਕਰਕੇ ਇਹ ਹੈ ਕਿ ਪੰਜਾਬ ਤੋਂ ਵਿਰੋਧ ਸ਼ੁਰੂ ਹੋਇਆ, ਕੀ ਪਤਾ ਹੁਣ ਪੰਜਾਬ ਤੋਂ ਫੈਲਦਾ ਫੈਲਦਾ ਹਰਿਆਣੇ 'ਚ ਵੀ ਜਾਏ, ਕਿਉਂਕਿ ਹਰਿਆਣਾ ਤੇ ਵੈਸੇ ਵੀ ਛੋਟਾ ਭਾਈ ਹੈ ਦੂਸਰਾ ਨਾ। ਜੀ, ਦੂਸਰਾ ਦੂਸਰਾ ਮੇਰਾ ਸਵਾਲ ਇਹ ਆ
ਕਿ ਜੇ ਆਪਾਂ ਪਰਾਲੀ ਸੀਬੀਜੀ ਪਲਾਂਟ 'ਚ ਨਹੀਂ ਵਰਤਣੀ ਤੇ ਫਿਰ ਪਰਾਲੀ ਝੋਨੇ ਦੀ ਪਰਾਲੀ ਦਾ ਹੋਰ ਤੁਹਾਡੇ ਹਿਸਾਬ ਨਾਲ ਬਤੌਰ ਸਾਇੰਟਿਸਟ ਕੀ ਹੱਲ ਹੈ? ਦੇਖੋ, ਮੈਂ ਤਾਂ ਇਹ ਕਹਿਣਾ ਵਾ ਕਿ ਸਰਕਾਰ ਆਪਣੇ ਸਲਾਹਕਾਰ ਬਦਲੇ। ਸਰਕਾਰ ਨੂੰ ਬਹੁਤ ਹੀ ਨਾ ਘਟੀਆ ਲੈਵਲ ਦੇ ਸਲਾਹਕਾਰ ਮਿਲੇ ਹੋਏ ਨੇ। ਦੂਜੇ ਪਾਸੇ ਇਹ ਹੈਗਾ ਓਕੇ ਕਿ ਇਹ ਪਰਾਲੀ ਦੀਆਂ ਕੁਝ ਉਹ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ, ਇਹਨੂੰ ਫਾਈਬਰ 'ਚ ਕਨਵਰਟ ਓਕੇ ਕੀਤਾ ਜਾ ਸਕਦਾ। ਫਾਈਬਰ 'ਚ ਕਨਵਰਟ ਓਕੇ ਕਰਕੇ ਇਹਦਾ ਓਕੇ ਤੁਸੀਂ ਗੱਤਾ ਬਣਾਓ, ਤੁਸੀਂ ਇਹਦਾ ਕਾਗਜ਼ ਬਣਾਓ। ਨਹੀਂ ਤੇ ਹੁਣ ਤਾਂ ਇੱਥੇ ਕੁਝ ਇਹੋ ਜੀਆਂ ਸੰਸਥਾਵਾਂ ਆ ਗਈਆਂ ਨੇ, ਐਨਜੀਓਜ਼ ਆ ਗਈਆਂ ਨੇ, ਉਹਨਾਂ ਨੇ ਪਰਾਲੀ ਦੇ ਇੰਨੇ ਜ਼ਿਆਦਾ ਇਸਤੇਮਾਲ ਸਾਨੂੰ ਦੱਸ ਦਿੱਤੇ ਨੇ ਕਿ ਮੈਂ ਤੁਹਾਨੂੰ ਜੇ ਅਗਰ ਗਣਾਵਾਂਗਾ ਤੇ ਹੈਰਾਨ ਰਹਿ ਜਾਓਗੇ। ਪਰਾਲੀ ਦੇ ਹੋਰ ਬੜਾ ਕੁਝ ਆ ਓਕੇ ਸਕਦੇ, ਕਿਉਂਕਿ ਪਰਾਲੀ ਦੇ ਵਿੱਚ ਸੈਲੂਲੋਜ਼ ਤਾਂ ਸ਼ੋਰ ਹੁੰਦਾ ਹੀ ਆ। ਇਸ ਫਾਈਬਰ ਨੂੰ ਅਸੀਂ ਹੋਰ ਮਜ਼ਬੂਤ ਕਰੀਏ, ਇਹਦੇ ਤੋਂ ਅਸੀਂ ਕੋਈ ਹੋ ਸਕਦਾ ਕੱਲ ਨੂੰ ਅਸੀਂ ਵਾਣ ਵੱਟਣਾ ਸ਼ੁਰੂ ਕਰ ਦਈਏ ਜਾਂ ਰੱਸੀਆਂ ਬਣਾਉਣੀਆਂ ਸ਼ੁਰੂ ਕਰ ਦਈਏ, ਜਾਂ ਅਸੀਂ ਹੋ ਸਕਦਾ ਇਹਦੇ ਤੋਂ ਅਸੀਂ ਗੱਤਾ ਤੇ ਬਣਾ ਹੀ ਸਕਦੇ ਹਾਂ ਨਾ। ਕੋਈ ਉਹ ਸ਼ੋਰ ਚੀਜ਼ਾਂ ਸ਼ੋਰ ਬਣਾਈਆਂ ਜਿਹੜੀਆਂ ਫਾਨਾ ਐਂਡ ਫਲੋਰਾ ਨੂੰ, ਐਗਰੋ ਇੰਡਸਟਰੀ ਨੂੰ ਸਮਰਪਿਤ ਹੋਣ। ਇਹ ਪਰਾਲੀ ਅਗਰ ਇਹ ਬੋਝ ਹੈ ਸਰਕਾਰ ਵਾਸਤੇ ਔਰ ਉਹਨੂੰ ਬਾਇਓਗੈਸ ਪਲਾਂਟਾਂ 'ਚ ਪ੍ਰੋਸੈਸ ਕਰਨਾ ਚਾਹੁੰਦੀ ਆ, ਤੇ ਇਹਦੇ ਵਾਸਤੇ ਲੋਕਾਂ ਨੂੰ ਕੈਂਸਰ ਦਾ ਤੋਹਫਾ ਨਾ ਦਿੱਤਾ ਜਾਏ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣੀ ਸੀਗੀ, ਪ੍ਰੋਫੈਸਰ ਨਦੀਮ ਖਾਨ ਸਾਹਿਬ, ਜੀ ਕੈਂਸਰ ਜੀ ਰਿਸਰਚ ਦੇ ਉੱਤੇ ਉਹਨਾਂ ਦਾ ਬਹੁਤ ਬੜਾ ਰੁਤਬਾ ਹੈ, ਔਰ ਸਾਡੇ ਮੁਲਕ ਦੇ ਵਿੱਚ ਦਰਜਨਾ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਤੇ ਐਚਓਡੀ ਉਹਨਾਂ ਤੋਂ ਪੜ੍ਹ ਕੇ ਆਏ ਹੋਏ ਨੇ, ਉਹ ਬਹੁਤ ਉੱਚੀ ਹੈਸੀਅਤ ਓਕੇ ਰੱਖਦੇ ਨੇ। ਉਹਨਾਂ ਨੇ ਇਹਦੇ ਜੀ ਉੱਤੇ ਬੜਾ ਕੰਮ ਕੀਤਾ। ਉਹਨਾਂ ਨੇ ਤਾਂ ਜੀਨ ਤੱਕ ਆਇਡੈਂਟੀਫਾਈ ਕੀਤੇ ਨੇ ਜਿਹੜੇ ਇਹ ਕੈਮੀਕਲਾਂ ਦੀ ਵਜ੍ਹਾ ਨਾਲ ਆਲਟਰ ਹੋ ਜਾਂਦੇ ਨੇ, ਔਰ ਇਹ ਕੈਂਸਰ ਹੋਣ ਦੀ ਓਕੇ ਪੂਰੀ ਪ੍ਰੋਸੈਸ ਪ੍ਰੋਫੈਸਰ ਨਦੀਮ ਖਾਨ ਨੇ, ਉਹਨਾਂ ਦੀ ਟੀਮ ਨੇ ਵਰਕਆਊਟ ਕਰਕੇ ਸਾਨੂੰ ਦੱਸੀ ਆ, ਔਰ ਉਹ ਛਪੀ ਆ ਇੱਕ ਬਹੁਤ ਬੜੇ ਜਰਨਲ ਦੇ ਵਿੱਚ। ਉਹ ਜਰਨਲ ਹੈਗਾ ਟੌਕਸੀਕੋਲੋਜੀ ਐਂਡ ਅਪਲਾਈਡ ਫਾਰਮਾਕੋਲੋਜੀ, ਤੇ ਉਹ ਕਹਿਣ ਦਾ ਮਤਲਬ ਓਕੇ ਕਿ ਹੁਣ ਤਾਂ ਇਹ ਗੱਲਾਂ ਨਸ਼ਰ ਹੋ ਚੁੱਕੀਆਂ ਨੇ, ਜੱਗ ਜਾਹਰ ਹੋ ਚੁੱਕੀਆਂ ਨੇ। ਇੱਕ ਹੋਰ ਮੈਡਮ ਹੈ ਫਿਨਲੈਂਡ ਸ਼ੋਰ ਤੋਂ, ਉਹਨਾਂ ਦਾ ਨਾਮ ਹੈਗਾ ਮੈਡਮ ਓਲਗਾ ਐਨ, ਉਹਨਾਂ ਨੇ ਵੀ ਇਹਨਾਂ ਤੇ ਬਹੁਤ ਕੰਮ ਕੀਤਾ। ਇੰਟਰਨੈਸ਼ਨਲ ਲੈਵਲ ਤੇ ਇੰਨੇ ਐਕਸਪਰਟਾਂ ਨੇ ਕੰਮ ਕੀਤਾ, ਅਸੀਂ ਉਹ ਜਿਹੜੇ ਕੈਮੀਕਲ ਨੇ ਉਹਨਾਂ ਨੂੰ ਬਟਾਈਲ ਫਥਾਲੇਟਸ ਬੋਲਦੇ ਆ, ਅਸੀਂ ਇਹਨਾਂ ਬਾਇਓਗੈਸ ਪਲਾਂਟਾਂ ਦੇ ਜ਼ਰੀਏ ਆਪਣੇ ਪਾਣੀਆਂ 'ਚ ਭੇਜ ਰਹੇ ਆ, ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਦਾ ਕੋਡ ਦੇ ਰਹੇ ਆ। ਕੱਲਾ ਕੈਂਸਰ ਹੀ ਨਹੀਂ, ਉਹਦੇ ਨਾਲ ਜਿਹੜੇ ਐਂਡੋਕ੍ਰਾਈਨ ਹੁੰਦੇ ਨੇ, ਐਂਡੋਕ੍ਰਾਈਨ ਗਲੈਂਡ ਸਾਡੇ ਹਾਰਮੋਨ ਜਿਹੜੇ ਹੁੰਦੇ ਨੇ, ਹਾਰਮੋਨਾਂ ਦੇ ਵਿੱਚ ਇਹ ਜਿਹੜੇ ਕੈਮੀਕਲ ਨੇ ਜਾ ਕੇ ਬੜਾ ਅਸਰ ਪਾਉਂਦੇ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ, ਜਦੋਂ ਓਕੇ ਬੱਚਾ ਗਰੋ ਕਰ ਰਿਹਾ ਹੁੰਦਾ, ਪਿਊਬਰਟੀ 'ਚ ਹੁੰਦੇ ਆ ਬੱਚੇ, ਜਦੋਂ ਉਹਨਾਂ ਦੇ ਸੈਕਸ ਆਰਗਨ ਬਣ ਰਹੇ ਹੁੰਦੇ ਨੇ, ਟਿਸ਼ੂ ਬਣ ਰਹੇ ਹੁੰਦੇ ਨੇ, ਉਹਨਾਂ ਨੇ ਵੱਡੇ ਹੋਣਾ ਹੁੰਦਾ, ਟੀਨ ਏਜ ਸ਼ੁਰੂ ਹੋਈ ਹੁੰਦੀ ਹੈ ਜੇ ਟੀਨ, ਤੇ ਉਸ ਸਮੇਂ ਤੇ ਉਹਨਾਂ ਦੇ ਵਿੱਚ ਜਾ ਕੇ ਇਹ ਉਹਨਾਂ ਦੇ ਸੈਕਸ ਹਾਰਮੋਨਾਂ 'ਚ ਜਾ ਕੇ ਇੰਟਰਫੇਅਰ ਕਰਦੇ ਨੇ ਕੈਮੀਕਲ। ਇੱਕ ਐਸਟ੍ਰੋਡਾਇਲ ਡਾਇਓਲ ਨਾਂ ਦਾ ਹਾਰਮੋਨ ਹੁੰਦਾ, ਉਹਦੀ ਜਿਹੜੀ ਆ ਬਣਨ ਤੋਂ ਲੈ ਕੇ ਉਹਦੇ ਕੰਮ ਕਰਨ ਦੇ ਤਰੀਕੇ 'ਚ ਜਾ ਕੇ ਇੰਟਰਫੇਅਰ ਕਰਦੇ ਨੇ। ਆਉਣ ਵਾਲੇ ਬੱਚਿਆਂ ਦੇ ਹਾਰਮੋਨ ਡਿਸਟਰਬ ਹੋਣਗੇ, ਇਹਨਾਂ ਨੂੰ ਅਸੀਂ ਆਪਣੀ ਭਾਸ਼ਾ 'ਚ ਬੋਲਦੇ ਹਾਂ ਐਂਡੋਕ੍ਰਾਈਨ ਡਿਸਰਪਟਰ। ਇਹ ਐਂਡੋਕ੍ਰਾਈਨ ਡਿਸਰਪਟਰ ਨੇ, ਐਂਡੋਕ੍ਰਾਈਨ ਨਾਲ ਜਿਹੜਾ ਮੌਤ ਹੁੰਦੀ ਹੈ ਨਾ, ਕੈਂਸਰ ਨਾਲ ਵੀ ਭਿਆਨਕ ਹੁੰਦੀ ਹੈ। ਅਸੀਂ ਨਹੀਂ ਚਾਹੁੰਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਬਿਮਾਰੀਆਂ ਤੋਂ ਅਲਾਮਤਾਂ ਦੇ ਬਿਲਕੁਲ ਨਾਲ ਬਿਲਕੁਲ ਗ੍ਰਸਤ ਹੋਣ। ਬਿਲਕੁਲ ਬਿਲਕੁਲ ਜਿਹੜਾ ਬਲਵਿੰਦਰ ਜੀ ਵਿਰੋਧ ਹੋ ਰਿਹਾ ਸਾਰੇ ਪਾਸੇ, ਮੋਰਚਾ ਲੱਗ ਗਿਆ, ਸਰਕਾਰ ਵੱਲੋਂ ਕੀ ਰਿਸਪੌਂਸ ਆ? ਤੁਹਾਨੂੰ ਲੱਗਦਾ ਵਾ ਕਿ ਸਰਕਾਰ ਵਾਕਈ ਇਹਦੇ ਬਾਰੇ ਚਿੰਤਿਤ ਆ, ਜਾਂ ਤੁਹਾਨੂੰ ਲੱਗਦਾ ਕਿ ਸਰਕਾਰ ਇਹਨੂੰ ਪਾਸੇ ਹਟਾ ਕੇ ਪਲਾਂਟਾਂ ਨੂੰ ਲਾਉਣਾ ਚਾਹੁੰਦੀ ਆ ਕਿਸੇ ਵੀ ਕੀਮਤ ਤੇ? ਦੇਖੋ ਜੀ, ਭੋਗਪੁਰ ਜਿਹੜੀ ਸ਼ੂਗਰ ਮਿੱਲ ਹੈ, ਉਹਦੇ ਅੰਦਰ ਜਿਹੜੀ ਸ਼ੂਗਰ ਮੈਡ ਹੁੰਦੀ, ਪ੍ਰੈਸ ਮੈਡ ਹੁੰਦੀ ਹੈ ਗੰਨੇ ਦੀ, ਉਹਦੇ ਤੋਂ ਇੱਕ ਇਹ ਪਲਾਂਟ ਲਾਉਣ ਲੱਗੇ ਸੀਗੇ ਉੱਥੇ ਭੋਗਪੁਰ 'ਚ ਹੀ। ਉਹਦਾ ਲੋਕਲ ਲੈਵਲ ਤੇ ਵਿਰੋਧ ਹੋਇਆ, ਅੱਜ ਉਹ ਕਮੇਟੀ ਵੀ ਸਾਡੇ ਨਾਲ ਜੁੜੀ ਹੋਈ ਹੈ। ਕੱਲ 20 ਤਰੀਕ ਨੂੰ ਇੱਥੇ ਬਹੁਤ ਬਹੁਤ ਬੜੀ ਮੀਟਿੰਗ ਹੋਣ ਵਾਲੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਉੱਥੇ ਆਪਣੇ ਜਿਹੜੇ ਅੱਛਾ ਪ੍ਰਿੰਸੀਪਲ
ਸੈਕਟਰੀ ਨੇ ਸਰਕਾਰ ਦੇ, ਵੀਕੇ ਸਿੰਘ ਜੀ ਵੀ ਆਉਣਗੇ ਵੀਕੇ ਸਿੰਘ ਇੱਥੇ। ਜੀ, ਹਾਂ, ਦੋ ਦੋ ਯੂਨੀਵਰਸਿਟੀਆਂ ਨੇ, ਤੇ ਤੁਸੀਂ ਸਮਝ ਲਓ ਕਿ ਦੋ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਹੋਣਗੇ ਉੱਥੇ, ਯੂਨੀਵਰਸਿਟੀਆਂ ਦੇ ਡਾਇਰੈਕਟਰ ਰਿਸਰਚ ਵੀ ਹੋਣਗੇ, ਬੜੇ ਪ੍ਰੋਫੈਸਰ ਵੀ ਹੋਣਗੇ। ਇਹਨਾਂ ਸਾਰਿਆਂ ਨੇ ਰਲ ਕੇ ਕੱਲ ਨੂੰ ਬੀਐਸ ਔਲਖ ਨੂੰ ਕੰਟਰਾਡਿਕਟ ਕਰਨਾ ਹੈ। ਔਰ ਮੈਨੂੰ ਇਸ ਗੱਲ ਦਾ ਪਤਾ ਹੈ। ਓਕੇ, ਹੈ ਤੇ ਚਲੋ, ਮੈਂ ਤੇ ਕਹਿਣਾ ਕਿ ਇਹ ਵੀ ਬਾਬੇ ਨਾਨਕ ਦੀ ਬੜੀ ਮਿਹਰ ਹੈ ਕਿ ਚਲੋ ਸਾਨੂੰ ਕੰਟਰਾਡਿਕਟ ਕਰਨ ਵਾਸਤੇ ਵੱਡੀਆਂ ਵੱਡੀਆਂ ਹਸਤੀਆਂ ਕੱਲ ਉੱਥੇ ਆਉਣਗੀਆਂ। ਅਸੀਂ ਉਹਨਾਂ ਗਾੜੀ ਆਪਣਾ ਆਪਣਾ ਜਿਹੜਾ ਕੇਸ ਆ ਰੱਖਾਂਗੇ। ਭੋਗਪੁਰ ਵਾਲੀ ਜਿਹੜੀ ਚਲੋ ਉਹ ਬੜਾ ਕਲੀਅਰ ਫੈਕਟਰੀ ਆ ਵੀ ਲੱਗ ਰਹੀ ਉੱਥੇ ਸੀ, ਉੱਥੇ ਡਿਸਕਸ਼ਨ ਦੇ ਵਿੱਚ ਮੇਰੇ ਖਿਆਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਲਾਊਗਾ ਮੇਰੇ ਖਿਆਲ ਉੱਥੇ। ਅਸੀਂ ਇਹੋ ਹੀ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕੰਸਟਰਕਟਿਵ ਹੋਏ ਸਾਰਾ ਕੁਝ, ਜੋ ਵੀ ਉੱਥੇ ਹੋਏ ਕੰਸਟਰਕਟਿਵ ਹੋਏ। ਅਸੀਂ ਨਾ ਤਾਂ ਸਰਕਾਰ ਦੇ ਵਿਰੋਧੀ ਹਾਂ, ਅਸੀਂ ਸਰਕਾਰ ਦੇ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਗੱਲ ਸੁਣੇ ਔਰ ਕੋਈ ਫੈਸਲਾ ਕਰਨ ਤੋਂ ਪਹਿਲਾਂ ਸਾਡੀ ਗੱਲ ਕਰੇ, ਕਿਉਂਕਿ ਇਸ ਇੰਡਸਟਰੀ ਨੂੰ ਗ੍ਰੀਨ ਕੈਟੇਗਰੀ ਦੇ ਵਿੱਚ ਰੱਖਿਆ ਗਿਆ। ਅਸੀਂ ਕਹਿੰਦੇ ਹਾਂ ਕਿ ਜਿਹੜੀ ਚੀਜ਼ ਦੇ ਨਾਲ ਕੈਂਸਰ ਫੈਲਦੀ ਹੋਵੇ, ਐਂਡੋਕਰਾਈਨ ਡਿਸਰਪਸ਼ਨ ਹੁੰਦੀ ਹੋਵੇ, ਹਾਰਮੋਨ ਦੀਆਂ ਪ੍ਰੋਬਲਮਾਂ ਫੈਲਦੀਆਂ ਹੋਣ, ਉਹਨੂੰ ਤੁਸੀਂ ਗ੍ਰੀਨ ਕੈਟੇਗਰੀ 'ਚ ਕਿਵੇਂ ਰੱਖ ਸਕਦੇ ਹੋ? ਉਹਨੂੰ ਤਾਂ ਤੁਸੀਂ ਆਰੇਂਜ ਕੈਟੇਗਰੀ 'ਚ ਵੀ ਨਹੀਂ ਰੱਖਣਾ ਚਾਹੀਦਾ, ਉਹਨੂੰ ਤਾਂ ਰੈੱਡ ਕੈਟੇਗਰੀ 'ਚ ਰੱਖਣਾ ਚਾਹੀਦਾ। ਅਸੀਂ ਕੱਲ ਆਪਣੇ ਸਹੀ ਮੁੱਦੇ ਕਿਹਾ, ਜਿਹੜੇ ਆ ਸਰਕਾਰ ਦੇ ਸਾਹਮਣੇ ਰੱਖਾਂਗੇ, ਔਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਹਨਾਂ ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰੇ। ਕੱਲ ਮਤਲਬ ਯਾਨੀ 20 ਅਗਸਤ ਨੂੰ ਕਿੰਨੇ ਵਜੇ ਤੁਸੀਂ ਮੀਟਿੰਗ ਕਰਨ ਜਾ ਰਹੇ ਜੇ? ਇਹ 11:15 ਵਜੇ ਦਾ ਟਾਈਮ ਦਿੱਤਾ ਗਿਆ ਸਾਨੂੰ, ਤੁਸੀਂ 11 ਵਜੇ ਸਮਝ ਲਓ। ਓਕੇ ਤੇ ਓਕੇ ਹਾਂ, ਆਪਾਂ ਉੱਥੇ ਜਾਵਾਂਗੇ। ਤੇ ਦੂਜਾ ਇਹ ਹੈਗਾ ਵਾ ਕਿ ਅਸੀਂ ਆਪਣੀ ਗੱਲ ਰੱਖਾਂਗੇ। ਅਸੀਂ ਚਾਹੁੰਦੇ ਹਾਂ ਕਿ ਇੱਕ ਪੋਜ਼ਿਟਿਵ ਬਹਿਸ ਹੋਏ, ਸਾਡੀ ਸਰਕਾਰ ਆਪਣੀ ਸਾਡੀ ਗੱਲ ਸਰਕਾਰ ਸੁਣੇ, ਤੇ ਬਾਕੀ ਸਾਨੂੰ ਉਮੀਦਾਂ ਤੇ ਇਹ ਨੇ ਕਿ ਕੋਈ ਚੰਗਾ ਫੈਸਲਾ ਹੋਵੇ। ਬਹੁਤ ਮਿਹਰਬਾਨੀ ਬਲਵਿੰਦਰ ਸਿੰਘ ਜੀ, ਤੁਸੀਂ ਬਹੁਤ ਅਹਿਮ ਜਾਣਕਾਰੀ ਦਿੱਤੀ। ਅਸੀਂ ਆਸ ਕਰਦੇ ਹਾਂ ਕਿ ਸਰਕਾਰ ਦੇ ਵੀ ਕੰਨ ਖੁੱਲਣਗੇ ਔਰ ਸਰਕਾਰ ਵੀ ਜਿਹੜਾ ਸਹੀ ਫੈਸਲਾ, ਜੋ ਵੀ ਸਹੀ ਫੈਸਲਾ ਬਣਦਾ ਵਾ, ਉਹ ਲਵੇਗੀ। ਬਹੁਤ ਮਿਹਰਬਾਨੀ।